ਅਸਲਾਮ ਅਲੈਕੁਮ ਮੈਂਬਰਸ, ਤੁਸੀਂ ਅਮਜਦ ਸਾਹਿਬ ਨੂੰ ਪਹਿਲੇ ਆਵਾਜ਼ ਨਹੀਂ ਆ ਰਹੀ ਸੀ, ਉਮੀਦ ਹੈ ਕਿ ਹੁਣ ਆ ਰਹੀ ਹੋਏਗੀ। ਅਤੇ ਪੰਜਾਬੀ ਜ਼ੁਬਾਨ ਦਾ ਸਿਲੇਬਸ ਗਰੁੱਪ ਵਿੱਚ ਮੈਂ ਔਰ ਹਸੀਬ ਆਦਿਲ ਅਸੀਂ ਪੋਸਟ ਕਰ ਦਿੱਤਾ। ਜਿਨ੍ਹਾਂ ਮੈਂਬਰਸ ਨੇ ਨਹੀਂ ਵੇਖਿਆ ਉਹਨੂੰ ਵੇਖ ਲਓ। ਅਗਲੇ ਹਫ਼ਤੇ ਸਾਡਾ ਪਹਿਲੇ ਦੋ ਸੈਕਸ਼ਨਸ ਦਾ ਟੈਸਟ ਹੋਏਗਾ, ਜਿਹੜਾ ਕਿ ਸਾਡਾ ਪੰਜਾਬੀ ਦਾ ਪਹਿਲਾ ਟੈਸਟ ਹੈ। ਔਰ ਉਹਨਾਂ ਦੋ ਸੈਕਸ਼ਨ ਜਿਹੜਾ ਸਿਲੇਬਸ ਲਿਖਿਆ ਗਿਆ ਹੈ, ਉਹਦੇ ਉੱਤੇ ਮੈਂ ਔਰ ਅਸੀਂ ਬਾਦਲ ਤੁਹਾਨੂੰ ਲੈਕਚਰ ਦੇਵਾਂਗੇ, ਔਰ ਮੈਡਮ ਉਜ਼ਾਲਾ ਨੂੰ ਵੀ ਕਹਾਂਗੇ ਕਿ ਉਹ ਵੀ ਸਾਡੀ ਹੈਲਪ ਕਰਨ। ਇਸ ਤੋਂ ਇਲਾਵਾ ਅਮਜਦ ਅਲੀ ਜ਼ਫਰ ਸਾਹਿਬ ਨੇ ਵੀ ਵਿੱਚ ਲੈਕਚਰ ਦੇਣੇ ਨੇ। ਅੱਜ ਕੁਝ ਮੈਂਬਰ ਕਹਿ ਰਹੇ ਸੀ ਕਿ ਉਹਨਾਂ ਨੂੰ ਕੁਝ ਮੁਆਦ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਫਰਾਹਮ ਕੀਤਾ ਜਾਏ। ਅਤੇ ਅੱਜ ਅਸੀਂ ਆਪਣੀ ਪਹਿਲੀ ਕਿਤਾਬ ਜਿਹੜੀ ਕਿ ਹੈ ਪੰਜਾਬੀ ਬੋਲੀ ਦਾ ਪਿਛੋਕੜ, ਇਸ 'ਤੇ ਲੈਕਚਰ ਹੈ ਸਾਡਾ। ਇਹ ਕਿਤਾਬ ਮੁਹੰਮਦ ਆਸਿਫ ਖਾਨ ਸਾਹਿਬ ਨੇ ਲਿਖੀ ਹੈ। ਕਿਤਾਬ ਦੇ ਬਾਰੇ 'ਚ ਗੱਲ ਕਰਨ ਤੋਂ ਪਹਿਲੇ ਅਸੀਂ ਮੁਹੰਮਦ ਆਸਿਫ ਖਾਨ ਸਾਹਿਬ ਦੇ ਬਾਰੇ 'ਚ ਗੱਲ ਕਰਾਂਗੇ, ਉਹਨਾਂ ਦੀ ਜ਼ਿੰਦਗੀ, ਮੁਲਾਜ਼ਮਤਾਂ, ਅਦਬੀ ਕੰਮ ਅਤੇ ਵਫਾਤ। ਮੁਹੰਮਦ ਆਸਿਫ ਖਾਨ ਸਾਹਿਬ ਜਿਹੜੇ ਨੇ ਉਹ 1929 'ਚ ਦਾਨਿਸ਼ਮੰਦਾਂ ਬਸਤੀ ਜਿਹੜੀ ਕਿ ਜ਼ਿਲ੍ਹਾ ਜਲੰਧਰ ਹਿੰਦੁਸਤਾਨ ਵਿੱਚ ਹੈ, ਉੱਥੇ ਪੈਦਾ ਹੋਏ। ਔਰ ਤਕਸੀਮ ਤੋਂ ਬਾਅਦ ਲਾਹੌਰ ਆ ਗਏ। ਇੱਥੇ ਉਹਨਾਂ ਪੰਜਾਬ ਯੂਨੀਵਰਸਿਟੀ 'ਚੋਂ MA ਕੀਤਾ ਪੰਜਾਬੀ 'ਚ। ਇਸ ਤੋਂ ਇਲਾਵਾ ਉਹਨਾਂ ਨੂੰ ਪਸ਼ਤੋ, ਸਿੰਧੀ, ਬਲੋਚੀ, ਜਾਪਾਨੀ ਔਰ ਹਿੰਦੀ, ਸੰਸਕ੍ਰਿਤ ਇਹਨਾਂ ਜ਼ਬਾਨਾਂ ਪਰ ਵੀ ਮੁਕੰਮਲ ਅਬੂਰ ਹਾਸਿਲ ਸੀ। ਔਰ ਉਹਨਾਂ ਦਾ ਜਿਹੜਾ ਕੰਮ ਹੈ ਪੰਜਾਬੀ ਜ਼ੁਬਾਨ ਲਈ, ਪੰਜਾਬੀ ਅਦਬ ਲਈ, ਉਹ ਕਾਬਲੇ ਤਾਰੀਫ ਤਾਂ ਹੈ ਹੀ ਹੈ, ਲੇਕਿਨ ਉਹਨੇ ਸਾਨੂੰ ਪੰਜਾਬੀ ਦੇ ਹਕੀਕਤ, ਪੰਜਾਬੀ ਦੀ ਅਸਲੀਅਤ ਦੇ ਬਾਰੇ 'ਚ ਬਹੁਤ ਕੁਝ ਸਾਨੂੰ ਸਹੀ ਮਾਲੂਮਾਤ ਉਹਨਾਂ ਦੀ ਇਸ ਕਿਤਾਬ ਤੋਂ ਮਿਲਦੀਆਂ ਨੇ, ਜਿਹੜੀ ਕੀ ਹੈ ਪੰਜਾਬੀ ਬੋਲੀ ਦਾ ਪਿਛੋਕੜ। ਉਹਨਾਂ ਨੇ 50 ਸਾਲ ਆਪਣੇ 50 ਵਰ੍ਹੇ ਜ਼ਿੰਦਗੀ ਦੇ ਪੰਜਾਬੀ ਅਦਬ ਨੂੰ ਦਿੱਤੇ ਨੇ। ਔਰ ਮੁਲਾਜ਼ਮਤਾਂ 'ਚ ਉਹਨਾਂ ਨੇ ਅਦਬੀ ਬੋਲ ਦੇ ਸੈਕਟਰੀ ਰਹੇ ਨੇ। ਔਰ ਇਸ ਤੋਂ ਇਲਾਵਾ 200 ਤੋਂ ਜ਼ਿਆਦਾ ਰਸਾਲੇ ਅਤੇ ਕਿਤਾਬਾਂ ਛਾਪੇ ਚਾੜੀਆਂ ਉਹਨਾਂ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ, ਪੰਜਾਬੀ ਅਦਬ ਦੇ ਹਵਾਲੇ ਨਾਲ। ਔਰ ਇੱਕ ਰਸਾਲਾ ਸੀ ਪੰਜਾਬੀ ਅਦਬ, ਉਹਦੇ ਐਡੀਟਰ ਵੀ ਰਹੇ ਨੇ। ਇਸ ਤੋਂ ਇਲਾਵਾ ਜਿੰਨੇ ਵੀ ਪੁਰਾਣੇ ਕਲਾਮ ਨੇ, ਪੁਰਾਣੇ ਸ਼ਾਇਰ ਵਗੈਰਾ, ਉਹਨਾਂ 'ਤੇ ਉਹਨਾਂ ਨੇ ਪਰਖ ਵੀ ਕੀਤੀ ਹੈ। 2000 'ਚ ਉਹਨਾਂ ਵਫਾਤ ਪਾਈ। ਪੰਜਾਬੀ ਬੋਲੀ ਦਾ ਪਿਛੋਕੜ ਜਿਹੜੀ ਉਹਨਾਂ ਦੀ ਕਿਤਾਬ ਹੈ, ਉਹ ਇੱਕ ਤਹਿਕੀਕੀ ਕਿਤਾਬ ਹੈ। ਜਿਵੇਂ ਕਿ ਇਹਦੇ ਨਾਂ ਤੋਂ ਹੀ ਜ਼ਾਹਿਰ ਹੈ ਕਿ ਇਹ ਸਾਨੂੰ ਪੰਜਾਬੀ ਜ਼ੁਬਾਨ ਦੀ ਮੁੱਢ ਤਾਰੀਖ ਦੇ ਬਾਰੇ 'ਚ ਦੱਸਦੀ ਹੈ। ਇਹਦੇ ਮੁਖਤਸਰ ਕਿਤਾਬ ਹੈ, ਕੋਈ ਇਤਨੀ ਲੰਮੀ ਚੌੜੀ ਕਿਤਾਬ ਨਹੀਂ ਹੈ। ਔਰ ਇਹਦੇ ਮੁਖਤਲਿਫ ਬਾਬ ਨੇ, ਜਿਨ੍ਹਾਂ 'ਚ ਕਿ ਭਰੇ ਭੰਡਾਰ, ਇਹਦੇ 'ਚੋਂ ਗੱਲ ਕਰਦੇ ਨੇ ਕਿ ਪੰਜਾਬੀ ਜ਼ੁਬਾਨ ਨਾਲ ਜਿਹੜਾ ਦਰੋਹ ਯਾਨੀ ਕਿ ਧੋਖਾ ਹੋਇਆ ਹੈ, ਉਹਦੀਆਂ ਵਜੂਹਾਤ ਔਰ ਉਸ ਧੋਖੇ ਦੇ ਬਾਰੇ ਸਾਨੂੰ ਦੱਸਦੇ ਨੇ। ਇਹ ਗੱਲ ਮਤਲਬ ਕੀਤੀ ਜਾਂਦੀ ਹੈ ਕਿ ਪੰਜਾਬੀ ਜ਼ੁਬਾਨ ਵਿੱਚ ਸੰਸਕ੍ਰਿਤ ਔਰ ਹਿੰਦੀ ਦੇ ਲਫ਼ਜ਼ ਮੌਜੂਦ ਨੇ। ਅਤੇ ਉਹ ਕਹਿੰਦੇ ਨੇ ਕਿ ਪਹਿਲੇ ਪੰਜਾਬੀ ਜਿਹੜੀ ਸੀ ਉਹਦੇ 'ਚ ਕੋਈ ਕਿਸੇ ਹੋਰ ਜ਼ੁਬਾਨ ਦਾ ਲਫ਼ਜ਼ ਮੌਜੂਦ ਨਹੀਂ ਸੀ। ਪੰਜਾਬੀ ਇੱਕ ਖਾਲਸ ਜ਼ੁਬਾਨ ਹੈ ਔਰ ਇਸ ਇਲਾਕੇ 'ਚ ਇਹ ਜਿਹੜਾ ਰੀਜਨ ਹੈ ਪੰਜਾਬੀ ਦਾ, ਪੰਜਾਬ, ਇੱਥੇ ਜਿਹੜਾ ਪਹਿਲਾ ਬੰਦਾ ਸੀ ਜਿਹੜਾ ਬੋਲਿਆ ਸੀ, ਉਹਨੇ ਪੰਜਾਬੀ ਜ਼ੁਬਾਨ 'ਚ ਹੀ ਗੱਲ ਕੀਤੀ ਸੀ। ਉਹ ਪੰਜਾਬੀ ਬੋਲਿਆ ਸੀ ਔਰ ਉਹਨੂੰ ਜ਼ਰੂਰਤ ਨਹੀਂ ਸੀ ਕਿ ਉਹ ਦੂਸਰੀਆਂ ਜ਼ੁਬਾਨਾਂ ਜਿਹੜੀਆਂ ਨੇ, ਸੰਸਕ੍ਰਿਤ ਜਾਂ ਦਰਾਵੜੀ ਜ਼ੁਬਾਨਾਂ ਜਾਂ ਵੇਦ ਜ਼ੁਬਾਨ ਜਾਂ ਜਿੰਨੀਆਂ ਵੀ ਪੁਰਾਣੀਆਂ ਜ਼ੁਬਾਨਾਂ ਨੇ, ਗ੍ਰੀਕ, ਲਾਤੀਨੀ ਵਗੈਰਾ ਜਿਹੜੇ ਇੱਥੇ ਆਏ, ਉਹਨਾਂ ਦੀਆਂ ਜ਼ੁਬਾਨਾਂ ਨੂੰ ਆਪਣੀ ਜ਼ੁਬਾਨ 'ਚ ਮਿਕਸ ਕਰਦੇ। 1948 'ਚ ਇੰਡੀਆ ਵਿੱਚ ਜਿਸਲੇ ਇਹ ਪੰਜਾਬੀਆਂ ਨੂੰ ਜਿਹੜੇ ਸਿੱਖ ਸਿੱਖਿਆ ਗਿਆ ਕਿ ਪੰਜਾਬੀ ਨੂੰ ਰਾਜ ਬੋਲੀ ਬਣਾਇਆ ਜਾਏਗਾ, ਅਤੇ ਮੁਖਤਲਿਫ ਸਾਇੰਸੀ ਇਸਲਾਹਾਤ ਨੂੰ ਪੰਜਾਬੀ 'ਚ ਉਹਨਾਂ ਦਾ ਤਰਜਮਾ ਕਰਨ ਲਈ ਸੰਸਕ੍ਰਿਤ ਜ਼ੁਬਾਨ ਤੋਂ ਮਦਦ ਲਏਗੀ। ਇਹ ਉਹ ਟਾਈਮ ਸਾ ਜਿਸ ਟਾਈਮ ਪੰਜਾਬੀ ਜ਼ੁਬਾਨ 'ਚ ਦੂਸਰੀਆਂ ਜ਼ੁਬਾਨਾਂ ਯਾਨੀ ਕਿ ਸੰਸਕ੍ਰਿਤ ਦੇ ਅਲਫਾਜ਼ ਆਏ। ਪਾਕਿਸਤਾਨ ਵਿੱਚ ਪੰਜਾਬੀ ਜ਼ੁਬਾਨ ਨਾਲ ਕੀ ਹੋਇਆ, ਇਹਦੇ ਬਾਰੇ ਜੋ ਕਹਿੰਦੇ ਨੇ ਕਿ 1979 'ਚ ਜਦੋਂ ਤਾਲੀਮੀ ਪਾਲਿਸੀ ਬਣੀ ਕਿ ਹਰ ਸੂਬਾ ਆਪਣੀ ਜ਼ੁਬਾਨ ਜਿਹੜੀ ਉਹਨਾਂ ਦੀ ਸੂਬਾਈ ਜ਼ੁਬਾਨ ਹੈ ਉਹ ਆਪਣੇ ਸੂਬੇ 'ਚ ਪੜ੍ਹਾ ਸਕਦੇ ਨੇ, ਜਿਵੇਂ ਚਾਹੁਣ ਉਹਨੂੰ ਉਹਦਾ ਪ੍ਰਚਾਰ ਕਰ ਸਕਦੇ ਨੇ, ਅਤੇ ਪੰਜਾਬ ਨੇ ਇਸ ਗੱਲ 'ਤੇ ਕੋਈ ਤਵੱਜੋ ਨਹੀਂ ਦਿੱਤੀ ਔਰ ਪੰਜਾਬੀ ਜ਼ੁਬਾਨ ਨੂੰ ਨਹੀਂ ਪੜ੍ਹਾਇਆ ਕੋਈ। ਔਰ ਅੱਜ ਹਾਲਤ ਇਹ ਹੈ ਕਿ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਜਿਹੜੇ ਨੇ ਉਹ ਪੰਜਾਬੀ ਬੋਲ ਨਹੀਂ ਸਕਦੇ, ਲਿਖਣਾ ਤਾਂ ਬਹੁਤ ਦੂਰ ਦੀ ਗੱਲ ਹੈ। ਅੱਗੇ ਉਹ ਗੱਲ ਕਰਦੇ ਨੇ ਪੰਜਾਬੀ ਜ਼ੁਬਾਨ ਦਾ ਖਿਲਾਰ, ਇਸ 'ਚੋਂ ਕਹਿੰਦੇ ਨੇ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਉਸ 'ਚ ਇਤਨੇ ਅਲਫਾਜ਼ ਦਾ ਜ਼ਖੀਰਾ ਮੌਜੂਦ ਹੈ ਕਿ ਉਹ ਹਰ ਲਫ਼ਜ਼ ਜਿਸਦਾ ਇੰਗਲਿਸ਼ 'ਚ ਤਰਜਮਾ ਹੈ ਜਾਂ ਜਿਹੜਾ ਲਫ਼ਜ਼ ਇੰਗਲਿਸ਼ 'ਚ ਮੌਜੂਦ ਹੈ ਉਹਨੂੰ ਉਹਦਾ ਪੰਜਾਬੀ 'ਚ ਲਫ਼ਜ਼ ਮਿਲ ਸਕਦਾ ਹੈ। ਔਰ ਇਸ ਲਈ ਉਹਨਾਂ ਆਪਣੀ ਕਿਤਾਬ ਵਿੱਚ ਵੀ ਮੁਖਤਲਿਫ ਜਾਨਵਰਾਂ ਦੇ ਨਾਂ, ਉਹਨਾਂ ਦੀਆਂ ਮੁਖਤਲਿਫ ਹਾਲਤਾਂ, ਉਹਨਾਂ ਦੀਆਂ ਆਵਾਜ਼ਾਂ ਦੇ ਬਾਰੇ 'ਚ ਵੀ ਪੰਜਾਬੀ 'ਚ ਲਿਖਿਆ ਹੈ। ਔਰ ਫਿਰ ਹੈ ਕਿ ਪੰਜਾਬੀ ਜ਼ੁਬਾਨ ਦਾ ਟੱਬਰ, ਜਿੰਨੇ ਵੀ ਆਰੀਆ ਵਗੈਰਾ ਸੀ, ਆਰੀਆ ਲੋਕਾਂ ਨੇ ਜਿੰਨੀਆਂ ਵੀ ਜ਼ੁਬਾਨਾਂ ਸਨ ਜਾਂ ਜੋ ਵੀ ਸਾ, ਉਹਨਾਂ ਤੋਂ ਪੰਜਾਬੀਆਂ ਨੇ ਕੋਈ ਵੀ
ਜਹਿਣਾ ਨਹੀਂ ਲਿਆ, ਉਧਾਰ ਕੁਝ ਵੀ ਨਹੀਂ ਲਿਆ। ਪੰਜਾਬੀ ਦੇ ਆਪਣੇ ਹੀ ਅੱਖਰ ਇਤਨੇ ਜ਼ਿਆਦਾ ਮੌਜੂਦ ਨੇ ਕਿ ਪੰਜਾਬੀ ਆਪਣਾ ਆਪ ਇਹਨੂੰ ਕਿਸੇ ਹੋਰ ਤੋਂ ਕੁਛ ਵੀ ਮੰਗਣ ਦੀ ਜ਼ਰੂਰਤ ਨਹੀਂ ਹੈ। ਪੰਜਾਬੀ ਜ਼ਬਾਨ ਦੀ ਪੰਜਾਬੀ ਜ਼ਬਾਨ ਦਾ ਪਿਛੋਕੜ ਜਿਹੜੀ ਕਿਤਾਬ ਇਹਦੀਆਂ ਖੂਬੀਆਂ ਇਹ ਨੇ ਕਿ ਇਸ ਕਿਤਾਬ ਦੇ ਮੁਤਾਲੇ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਮੁਹੰਮਦ ਆਸਿਫ ਖਾਨ ਸਾਹਿਬ ਦਾ ਮੁਤਾਲਾ ਬਹੁਤ ਹੀ ਗਹਿਰਾ ਹੈ। ਉਹਨਾਂ ਨੇ ਬਹੁਤ ਹੀ ਗਹਿਰੇ ਡੂੰਘੇ ਮੁਤਾਲੇ ਤੋਂ ਬਾਅਦ ਇਹ ਕਿਤਾਬ ਲਿਖੀ ਹੈ ਔਰ ਮੁਖਤਲਿਫ ਜ਼ਬਾਨਾਂ ਦੇ ਹਵਾਲੇ ਦਿੱਤੇ ਨੇ, ਜਿਸ ਨਾਲ ਪਤਾ ਚੱਲਦਾ ਹੈ ਕਿ ਉਹਨਾਂ ਦਾ ਮੁਖਤਲਿਫ ਜ਼ਬਾਨਾਂ ਉੱਤੇ ਅਬੂਰ ਉਹਨਾਂ ਨੂੰ ਹਾਸਿਲ ਸੀ ਔਰ ਮੁਖਤਲਿਫ ਕਾਬਲੀ ਜਾਇਜ਼ੇ ਕਰਕੇ ਉਹਨਾਂ ਨੇ ਆਪਣਾ ਜਿਹੜਾ ਨਜ਼ਰੀਆ ਉਹਨੂੰ ਸਬੂਤ ਦੇ ਨਾਲ ਪੇਸ਼ ਕੀਤਾ ਔਰ ਡੁੱਕਦੇ ਹੋਏ ਨਤੀਜੇ ਕੱਢੇ ਨੇ, ਜਿਨ੍ਹਾਂ 'ਚੋਂ ਇੱਕ ਨਤੀਜਾ ਇਹ ਹੈ ਕਿ ਇਹ ਗੈਰ ਆਰਿਆਈ ਜ਼ੁਬਾਨ ਹੈ ਔਰ ਇਹ ਮੁਕੰਮਲ ਤੌਰ 'ਤੇ ਖਾਲਸ ਜ਼ੁਬਾਨ ਹੈ ਔਰ ਇਸਕੋ ਇਹਨੂੰ ਜੋ ਹੈ ਨਾ ਕਿਸੇ ਹੋਰ ਜ਼ਬਾਨ ਦੀ ਜ਼ਰੂਰਤ ਨਹੀਂ ਹੈ। ਸਾਡਾ ਅੱਜ ਦਾ ਲੈਕਚਰ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਔਰ ਤੁਸੀਂ ਸਾਰੇ ਮੈਂਬਰਸ ਨੇ ਇਸ ਲੈਕਚਰ ਦੇ ਵਿੱਚ ਹੋਰ ਐਡੀਸ਼ਨ ਕਰਨੀ ਹੈ ਪੜ੍ਹ ਕੇ ਔਰ ਇਹਦੀ ਸਮਰੀ ਲਾਜ਼ਮੀ ਬਣਾਉਣੀ ਹੈ ਔਰ ਅਮਜਦ ਅਲੀ ਜ਼ਫਰ ਸਾਹਿਬ ਨੇ ਲਾਜ਼ਮੀ ਇਹਦੀ ਸਮਰੀ ਲਿਖਣੀ ਹੈ ਵਿੱਚ ਹੋਰ ਗੱਲਾਂ ਪਾ ਕੇ ਔਰ ਸਰਨੇਮ ਖਾਨ ਉਹਨਾਂ ਨੇ ਵੀ ਲਾਜ਼ਮੀ ਨੂੰ ਸੁਣਨਾ ਹੈ ਤਾਂ ਕਿ ਉਹਨਾਂ ਦੀ ਵੀ ਪੰਜਾਬੀ ਠੀਕ ਹੋ ਜਾਏ। ਇਸ ਤੋਂ ਇਲਾਵਾ ਫਾਇਜ਼ਾ ਔਰ ਹਸੀਬ ਆਦਿਲ ਇਹ ਵੀ ਤੁਹਾਨੂੰ ਲੈਕਚਰ ਦੇਣਗੇ ਔਰ ਬਾਕੀ ਮੈਂਬਰਸ ਵਿੱਚ ਅਗਰ ਕੋਈ ਚਾਹੇ ਅੱਗੇ ਆ ਕੇ ਕੰਮ ਕਰਨਾ, ਮਦਦ ਕਰਨਾ ਦੂਸਰੇ ਮੈਂਬਰਸ ਦੀ ਤਾਂ ਉਹ ਵੀ ਆ ਸਕਦਾ ਹੈ। ਥੈਂਕ ਯੂ।